ਭਾਬੀ ਪ੍ਰੀਤ ਖਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਆ। ਕੁਝ ਕੁ ਦਿਨ ਨਾ ਆਪਾਂ ਨੂੰ ਪੂਰੀ ਹੁਸ਼ਿਆਰੀ ਨਾਲ ਰਹਿਣਾ ਪਊਗਾ। ਜਦ ਤੱਕ ਆ ਮਾਮਲਾ ਠੰਡਾ ਨਹੀਂ ਨਾ ਹੁੰਦਾ ਆਪਾਂ ਕਿਸੇ ਪਾਸੇ ਨਹੀਂ ਜਾਣਾ। ਸਭ ਨੂੰ ਕੀ ਕਿਹਾ ਸੀ ਵੀ ਉਹ ਕੁੜੀਆਂ ਸਵੇਰ ਦਾ ਸੂਰਜ ਨਹੀਂ ਦੇਖਣਗੀਆਂ ਤੇ ਦਿਨ ਚੜ ਗਿਆ ਹੁਣ। ਜਦੋਂ ਕੁੜੀ ਤੇਰੇ ਹੱਥ ਆ ਗਈ ਸੀ ਛੱਡੀ ਗਿਆ ਉਹ। ਮੈਨੂੰ ਤਾਂ ਆਪ ਸਮਝ ਨਹੀਂ ਆ ਰਿਹਾ ਸਾਲਾ ਮੈਨੂੰ ਹੋ ਕੀ ਗਿਆ ਸੀ ਉਦੋਂ, ਕਿਉਂ ਛੱਡਤਾ ਮੈਂ ਉਸ ਕੁੜੀ ਨੂੰ। ਸਾਲੇ ਉਹ ਕੁੜੀਆਂ ਨਹੀਂ ਫੜੀਆਂ ਗਈਆਂ ਥੋਤੋਂ, ਉਹ ਐ ਖਤਮ ਕਰੋ ਇਹ ਗਰਜੇ ਦੀ ਗੈਂਗ ਨੂੰ। ਓਏ ਤੁਸੀਂ ਸਮਝ ਨਹੀਂ ਰਹੇ ਇਸ ਗੱਲ ਨੂੰ, ਆਪਾਂ ਗਰਜੇ ਦਾ ਬੰਦਾ ਮਾਰਿਆ, ਉਹ ਵੀ ਉਹ ਜਿਹਨੂੰ ਗਰਜਾ ਆਪਦਾ ਪੁੱਤ ਸਮਝਦਾ ਸੀ। ਨਾਲੇ ਤੁਸੀਂ ਫਿਕਰ ਨਾ ਕਰੋ ਬਾਈ ਜੀ, ਉਹ ਸਾਡੇ ਵੀ ਭਰਾਵਾਂ ਵਰਗਾ ਸੀ। ਨਾਲੇ ਇਸ ਟਾਈਮ ਜਿਹੜੀ ਅੱਗ ਤੁਹਾਡੇ ਸੀਨੇ 'ਚ ਮੱਚ ਰਹੀ ਹੈ ਨਾ, ਉਹ ਸਾਡੇ ਵੀ ਸੀਨੇ 'ਚ ਮੱਚ ਰਹੀ ਹੈ। ਛੱਡਦੇ ਨਹੀਂ ਅਸੀਂ ਆਪਣੇ ਦੁਸ਼ਮਣ ਨੂੰ। ਜਾਂਦਰ ਜਾ ਕੇ ਦੇਖ, ਤੇਰੇ ਲਈ ਸਰਪ੍ਰਾਈਜ਼ ਹੈ। ਤੇਰੇ ਲੱਛਣ ਲੱਗਦੇ ਨਾ ਤੇ ਤੂੰ ਲੱਭੀ ਵੀ ਨੀ ਜਾਣੀ, ਇਹ ਕੰਮ ਗੋਲੀ ਨੂੰ ਹੀ ਕਰਨਾ ਪਊਗਾ। ਗੋਲੀ ਬੋਲ। ਉਹ ਕਿੱਥੇ ਆ ਤੂੰ? ਉੱਥੇ ਸੀ ਬਾਈ। ਅੱਛਾ ਮੇਰੀ ਗੱਲ ਧਿਆਨ ਨਾਲ ਸੁਣ। ਹਾਂ ਉਹਨਾਂ 'ਚ ਇੱਕ ਕੁੜੀ ਮੇਰੇ ਹੱਥ ਲੱਗ ਗਈ, ਜਲਦੀ ਨਿੰਮ ਵਾਲੀ ਗਲੀ ਪਹੁੰਚ। ਕੋਈ ਨਾ ਮੈਂ ਹੁਣੀ ਆਉਣਾ, ਨਾਲੇ ਕੱਲਾ ਆਈ। ਕੋਈ ਨਾ ਕੋਈ ਨਾ। ਉਹ ਸ਼ਿੰਦੇ ਸਾਲਾ ਇਹ ਕਿੱਧਰ ਗਾਇਬ ਹੋ ਗਿਆ?
ਤੇ ਇਸ ਵਾਲਾ ਗੋਲੀ ਵੀ ਨਾ, ਹੁਣ ਪਤਾ ਨਹੀਂ ਉਹਨਾਂ 'ਚੋਂ ਕਿਹੜੀ ਕੁੜੀ ਮਿਲ ਗਈ ਇਹਨੂੰ। ਕਿਤੇ ਉਹੀ ਕੁੜੀ ਨਾ ਹੋਵੇ ਯਾਰ ਜਿਹਨੇ ਮੇਰੀ ਜਾਨ ਬਚਾਈ ਸੀ। ਪਰ ਲੱਭਾਂ ਕਿੱਥੇ ਆ? ਗੋਲੀ ਫੋਨ 'ਤੇ ਨਿੰਮ ਵਾਲੀ ਗਲੀ ਵੀਰੇ ਦੱਸ ਰਿਹਾ ਸੀ। ਉੱਥੇ ਦੇਖਦਾ, ਬਚਾਉਣਾ ਤਾਂ ਤਿੰਨਾਂ ਨੂੰ ਹੀ ਪੈਣਾ। ਸੁਣਿਆ ਤਾਂ ਸੀ ਕਿ ਰੱਬ ਚੰਗੇ ਬੰਦਿਆਂ ਦੀ ਜ਼ਰੂਰ ਸੁਣਦਾ ਹੈ, ਪਰ ਕਦੇ ਕਦੇ ਉਹ ਸਾਡੇ ਮਾੜਿਆਂ ਦੀ ਵੀ ਸੁਣ ਲੈਂਦਾ ਹੈ। ਦੇਖ ਤੂੰ ਬਾਹਰ ਆ ਜਾ, ਜੇ ਉਸ ਦਿਨ ਹੱਥ ਆ ਜਾਂਦੀ ਤਾਂ ਸ਼ਾਇਦ ਮੌਤ ਸੌਖੀ ਮਿਲ ਜਾਂਦੀ। ਮੰਨਦਾ ਮੈਂ ਤੇਰੀ ਕੋਈ ਗਲਤੀ ਨਹੀਂ ਹੈ, ਗਲਤੀ ਤੇਰੇ ਤੋਂ ਇੰਨੀ ਕੁ ਹੋ ਗਈ ਤੂੰ ਉੱਥੇ 10 ਮਿੰਟ ਪਹਿਲਾਂ ਆ ਗਈ। ਜੇ 10 ਮਿੰਟ ਲੇਟ ਆ ਜਾਂਦੀ ਨਾ ਤਾਂ ਸ਼ਾਇਦ ਤੈਨੂੰ ਇਹ ਦਿਨ ਨਾ ਦੇਖਣਾ ਪੈਂਦਾ। ਚੱਲ ਆ ਜਾ ਬਾਹਰ, ਸ਼ਾਇਦ ਤੈਨੂੰ ਮੌਤ ਸੌਖੀ ਦੇ ਦਾਂ। ਜਲਦੀ ਕਰ। ਚਲਾ ਗਿਆ, ਮੇਰਾ ਤਾਂ ਜਾਣਾ ਠੀਕ ਹੈ। Ah!
ਜਿਹੜਾ ਕੁੜੀ ਦਾ ਕਹਿਣਾ ਨਹੀਂ ਮੰਨਦਾ ਨਾ ਉਹਦੇ ਨਾਲ ਕੁੜੀ ਐਵੇਂ ਕਰਦਾ। ਉਸ ਕੁੜੀ ਨੂੰ ਬੇਕਸੂਰ ਕੁੜੀਆਂ ਨੂੰ ਮਾਰਨ ਤੇ ਲੱਗਿਆ ਹੋਇਆ ਕਹਿੰਦਾ ਸੀ ਨਾ ਜੱਗੀ ਦੀ ਕੁੜੀ ਕਿਉਂ ਮਾਰੀ ਹੈ ਤਾਂ ਮਾਰਿਆ ਉਹਨੂੰ ਛੋਟੇ ਛੋਟੇ ਜਵਾਕਾਂ ਨੂੰ ਨਸ਼ਾ ਵੇਚਦੀ ਸੀ ਉਹ ਬਸ ਮਾਰਦੀ ਆਇਆ ਵੱਡਾ ਸਾਹਿਬ ਦਾ ਹਮਾਇਤੀ ਤੈਨੂੰ ਕੀ ਪਤਾ ਹੋਵੇ ਸਾਹਿਬ ਦੀ ਜ਼ਿੰਦਗੀ ਬਾਰੇ ਪਤਾ ਕੀ ਕੁਛ ਝੱਲਿਆ ਉਹਨੇ ਤੇ ਕੀ ਕੁਛ ਝੱਲਿਆ ਮੈਂ ਜਾ ਪਤਾ ਕਰ ਸਾਹਿਬ ਦੀ ਜ਼ਿੰਦਗੀ ਬਾਰੇ ਫਿਰ ਦੱਸੀ ਮੈਨੂੰ ਮੈਂ ਸਹੀ ਕੀਤਾ ਕਿ ਗਲਤ ਕੀਤਾ ਸਹੀ ਕੀ ਹੈ ਤੇ ਗਲਤ ਕੀ ਹੈ ਇਹ ਮੈਨੂੰ ਨਾ ਸਿਖਾ ਸਭ ਪਤਾ ਮੈਨੂੰ ਬਸ ਜੇ ਕੁਛ ਪਤਾ ਨਹੀਂ ਤਾਂ ਸਾਲਾ ਇਹ ਨਹੀਂ ਪਤਾ ਗਰਜੇ ਤੇ ਸਾਹਿਬ ਦੀ ਦੁਸ਼ਮਣੀ ਕੀ ਹੈ ਲੈ ਸੁਣ ਫਿਰ ਸਾਹਿਬ ਕਿਸੇ ਸਮੇਂ ਗਰਜੇ ਲਈ ਕੰਮ ਕਰਿਆ ਕਰਦਾ ਸੀ ਗਰਜੇ ਦੇ ਸਾਰੇ ਧੰਦੇ ਸਾਹਿਬ ਸਾਂਭਦਾ ਸੀ ਗੱਲ ਉਦੋਂ ਵਿਗੜਨੀ ਸ਼ੁਰੂ ਹੋਈ ਜਦੋਂ ਸਾਹਿਬ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਵੀ ਮੱਲ ਬੜੇ ਸੁਨੇਹਾ ਲਾਏ ਤੈਨੂੰ ਆ ਹੀ ਗਈ ਯਾਦ ਤੈਨੂੰ ਬਹੁਤ ਟਾਈਮ ਲਾਤਾ ਯਾਰ ਬਾਈ ਜੀ ਦਿਆ ਮੇਰੇ ਕੋਲੇ 2.5 ਕਿੱਲੇ ਜ਼ਮੀਨ ਦੇ ਨੇ ਜੇ ਮੈਂ ਉਹ ਸੋਨੂੰ ਵੇਚ ਦੂੰਗਾ ਤਾਂ ਮੈਂ ਆਪਦੇ ਬੱਚੇ ਕਿਵੇਂ ਪਾਲੂੰਗਾ ਮੇਰੇ 2 ਧੀਆਂ ਵਿਆਹੁਣ ਵਾਲੀਆਂ ਨੇ ਤੂੰ ਸ਼ੁਕਰ ਕਰ ਕਿ ਮੈਂ ਤੈਨੂੰ ਤੇਰੀ ਜ਼ਮੀਨ ਦਾ ਮੁੱਲ ਦੇ ਰਿਹਾ ਲੈ ਤਾਂ ਮੈਂ ਧੱਕੇ ਨਾਲ ਨਹੀਂ ਚੱਲਦਾ ਜੰਗਲ ਚ ਰਹਿ ਕੇ ਸ਼ੇਰ ਨਾ ਵੈਰ ਕੌਣ ਕਰੇ ਜੀ ਮੈਂ ਕੱਲ ਹੀ ਕਾਗਜ਼ ਤਿਆਰ ਕਰਾਉਣਾ ਜੀ ਬਾਈ ਜੀ ਜਿਵੇਂ ਤੁਸੀਂ ਚਾਹੁੰਦੇ ਹੋ ਖੋਵੇਂ ਹੋਊਗਾ ਜੀ ਗੁੱਡ ਵੈਰੀ ਗੁੱਡ ਆਈ ਲਾਈਕ ਇਟ ਮੱਲਾ ਛੇਤੀ ਸਮਝ ਗਿਆ ਹੁਣ ਦੱਸ ਪੈਸੇ ਚੈੱਕ ਨਾਲ ਲੈਣੇ ਆ ਕਿ ਨਕਦ ਲਏਗਾ ਲੈ ਬਾਈ ਜੀ ਪੈਸਿਆਂ ਨੇ ਕੀ ਗੱਲ ਹੈ ਤੁਸੀਂ ਕਹਿ ਤਾ ਆ ਗਏ ਜੀ ਪੈਸੇ ਮੈਂ ਕਾਗਜ਼ ਲਿਆਊਂਗਾ ਜੀ ਸ੍ਰੀ ਅਕਾਲ ਜੀ ਹੋ ਰੱਬਾ ਤਿੰਨ ਤਿੰਨ ਤਾਂ ਪਿਸਤੌਲ ਲਈ ਫਿਰਦੇ ਆ ਚਾਰ ਚਾਰ ਹੈ ਜ਼ਮੀਨਾਂ ਹੋਰ ਜੁੜ ਜਾਣਗੀਆਂ ਜ਼ਮੀਨਾਂ ਦਾ ਕੀ ਹੈ ਉਹ ਜਾਨ ਨਹੀਂ ਦੁਬਾਰੇ ਮਿਲਦੀ
ਕੋਈ ਆਹ ਕੀ ਹਾਲ ਬਣਾਤਾ ਜਵਾਕ ਦਾ? ਇੰਨੀ ਕੁੱਟਮਾਰ ਕਰਨ ਦੀ ਕੀ ਲੋੜ ਸੀ? ਜਿਹੜਾ ਕੰਮ ਪਿਆਰ ਨਾਲ ਹੋ ਸਕਦਾ। ਹਾਂ ਪਰ ਬਾਈ ਜੀ, ਇਹ ਸਾਲਾ ਪਿਆਰ ਪੂਰਨਾ ਕਿੱਥੇ ਮੰਨਣ ਵਾਲਾ? ਇਹਦੀਆਂ ਲੱਤਾਂ ਹੀ ਤੋੜ ਦਿੰਦੇ ਆ। ਜਦੋਂ ਸਾਲਾ ਜੰਗਲ ਪਾਣੀ ਬੈਠੋਂ ਤਰਸਿਆ ਨਾ, ਫੇਰ ਲੋਟ ਆਊ ਇਹ। ਓ ਨਹੀਂ ਨਹੀਂ, ਤੂੰ ਆ ਗਿਆ, ਪਿਆਰ ਨਾਲ ਗੱਲ ਪੁੱਛ ਲੈਂਦੇ ਆ। ਦੁੱਖ ਵੀ ਸ਼ੇਰਾ, ਹਾਂ ਵੀ ਜੰਟਿਆ, ਜਿਹੜਾ ਤੂੰ ਪਰਸੋਂ ਮਾਲ ਛੱਡ ਕੇ ਆਇਆ ਸੀ ਉਹਦੇ ਚੋਂ 50 ਬੋਰੀਆਂ ਘੱਟ ਆ। ਉਹ ਕਿੱਥੇ ਆ? ਬਾਈ ਜੀ ਮੈਂ ਸੱਚ ਕਹਿਣਾ, ਮੈਂ 200 ਬੋਰੀ ਲਹਾ ਕੇ ਆਇਆ ਸੀ, ਉਹ ਪਾਰਟੀ ਝੂਠ ਬੋਲਦੀ ਆ। ਵੇਖ ਜੰਟਿਆ, ਜਦੋਂ ਲਾਲਚ ਦਾ ਪੂਤ ਬੰਦੇ ਤੇ ਸਵਾਰ ਹੁੰਦਾ ਨਾ, ਤਾਂ ਉਹਦਾ ਦਿਮਾਗ ਕੰਮ ਕਰਨ ਨੂੰ ਹਟ ਜਾਂਦਾ। ਉਹਨੂੰ ਕੁਝ ਸਮਝ ਹੀ ਨਹੀਂ ਆਉਂਦਾ ਕਿ ਉਹ ਕੀ ਕਰ ਰਿਹਾ। ਹੁਣ ਮੈਂ ਕੀ ਕਰਾਂ ਯਾਰ, ਤੂੰ ਆਪ ਹੀ ਦੱਸ ਯਾਰ, ਅਜੇ ਵੀ ਸਮਾਂ, ਸੱਚੋ ਸੱਚ ਦੱਸ। 50 ਬੋਰੀਆਂ ਕਿੱਥੇ ਲੁਕਈਆਂ ਨੇ ਜਾਂ ਕਿਤੇ ਵੇਚਤੀਆਂ? ਮੈਨੂੰ ਮਾਫ ਕਰ ਦਿਓ ਬਾਈ ਜੀ, ਮੈਂ ਲਾਲਚ ਚ ਆ ਗਿਆ ਸੀ, ਉਹ 50 ਬੋਰੀਆਂ ਮੈਂ ਬਾਹਰ ਵੇਚ ਤੇ ਉਸਦੇ ਪੈਸੇ ਉਹ ਤਾਂ ਮੈਂ ਖਰਚ ਤੇ ਜੀ। ਜਾ, ਤੈਨੂੰ ਮਾਫ ਕੀਤਾ। ਧੰਨਵਾਦ ਬਾਈ ਜੀ, ਇਸ ਤੋਂ ਬਾਅਦ ਗਲਤੀ ਨਹੀਂ ਹੁੰਦੀ। ਉਹ ਤੈਨੂੰ ਸੁਣਿਆ ਨੀ, ਇਹ ਤੋਂ ਪਹਿਲਾਂ ਬਾਈ ਜੀ ਦਾ ਮੂਡ ਬਦਲ ਜੇ ਤੁਰਦਾ ਲੱਗ। ਬਾਈ ਜੀ ਕੀ ਹਾਲ ਹੈ? ਹਾਂ ਬਈ ਸਾਹਿਬ, ਕੀ ਬਣਿਆ ਉਹ ਮਕਾਨ ਦਾ ਜਿਹਦਾ ਤੈਨੂੰ ਕਬਜ਼ਾ ਲੈਣ ਭੇਜਿਆ ਸੀਗਾ? ਆਉਣਾ ਕੀ ਹੈ, ਉਹਨਾਂ ਦਾ ਸਮਾਨ ਚੱਕ ਕੇ ਬਾਹਰ ਮਾਰਿਆ, ਇੱਕ ਘੰਟੇ ਚ ਮਕਾਨ ਉਹਨਾਂ ਨੇ ਖਾਲੀ ਕਰਤਾ ਤੇ ਹੁਣ ਉਹਨਾਂ ਦੇ ਮਕਾਨ ਦਾ ਕਬਜ਼ਾ ਆਪਣੇ ਕੋਲੇ ਹੈ। ਗੁੱਡ, ਵੈਰੀ ਗੁੱਡ, ਆਈ ਲਾਈਕ ਇਟ। ਕੰਮ ਦੇ ਤਾਂ ਪੱਕੇ ਕਿੱਲ ਲਾ ਕੇ ਆਉਣਾ, ਬਹੁਤ ਵਧੀਆ। ਅਲਾ ਚੱਕ ਤੇਰਾ ਇਨਾਮ। ਧੰਨਵਾਦ ਬਾਈ, ਮਿਲਦੇ ਹਾਂ ਫਿਰ। ਓਕੇ ਦੋ ਦਿਨ ਹੋ ਗਏ ਅੱਜ ਘਰ ਗਏ ਨੇ,
ਪਤਾ ਨਹੀਂ ਕਿੱਥੇ ਹੈਗਾ ਕਿੱਥੇ ਨਹੀਂ। ਨਾ ਕੁਛ ਪੁੱਛੇ ਨਾ ਦੱਸੇ, ਇਹ ਵੀ ਨਹੀਂ ਸੋਚਦਾ ਕਿ ਮੇਰੀ ਮਾਂ ਘਰ ਚ ਇਕੱਲੀ ਹੈ। ਕਿਵੇਂ ਆਵਾਂ? ਕੀ ਗੱਲ ਹੋ ਗਈ ਮਾਂ? ਲੱਗਦਾ ਮੇਰੀ ਮਾਂ ਨਾਰਾਜ਼ ਹੈ ਮੇਰੇ ਨਾਲ। ਤੂੰ ਮੇਰੇ ਤੋਂ ਕੀ ਲੈਣਾ? ਤੈਨੂੰ ਕਿਹੜਾ ਮੇਰੀ ਫਿਕਰ ਹੈ? ਮੈਂ ਤਾਂ ਬਸ ਐਵੇਂ ਤੁਰੀ ਫਿਰਦੀ ਹਾਂ। ਪਹਿਲਾਂ ਤੇਰਾ ਬਾਪ ਚਲੇ ਗਿਆ, ਹੁਣ ਪਤਾ ਨੀ ਮੈਂ ਕਿਹੜੀ ਵੇਲੇ ਚਲੇ ਜਾਣਾ। ਉਹ ਮਾਂ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਆ? ਮੈਂ ਹਾਂ ਤਾਂ ਸਹੀ ਤੇਰੇ ਕੋਲ, ਮੈਂ ਤੈਨੂੰ ਚੰਗਾ ਭਲਾ ਪਤਾ ਮੇਰੇ ਕੰਮਾਂ ਕਾਰਾਂ ਦਾ। ਉਹ ਮੈਂ ਇੱਥੇ ਹੀ ਆ, ਕਿਤੇ ਨੀ ਜਾਂਦਾ। ਤੂੰ ਛੱਡ ਕਿਉਂ ਨੀ ਦਿੰਦਾ ਇਹ ਕੰਮ? ਤੈਨੂੰ ਪਤਾ ਜਦੋਂ ਕੋਈ ਮੈਨੂੰ ਪੁੱਛਦਾ ਤੇਰਾ ਪੁੱਤ ਕੰਮ ਕੀ ਕਰਦਾ, ਸੌ ਝੂਠ ਬੋਲਣਾ ਪੈਂਦਾ। ਹੁਣ ਮੈਂ ਉਹਨਾਂ ਨੂੰ ਕਿਵੇਂ ਦੱਸਾਂ ਕਿ ਮੇਰਾ ਪੁੱਤ ਇੱਕ ਗਲੀ ਦਾ ਗੁੰਡਾ? ਮਾਂ ਤੈਨੂੰ ਕੀ ਲੱਗਦਾ ਕਿ ਇਹ ਰਾਹ ਮੈਂ ਆਪ ਆਪਦੀ ਖੁਸ਼ੀ ਨਾਲ ਚੁਣੇ? ਸਭ ਤਕਦੀਰਾਂ ਦੇ ਸੌਦੇ ਨੇ। ਚੰਗਾ ਪੜ੍ਹ ਲਿਖ ਕੇ ਵੀ ਮੈਂ ਬੇਰੁਜ਼ਗਾਰ ਹੀ ਸੀ ਨਾ, ਤੇ ਜੇ ਇੰਨਾ ਪੜ੍ਹ ਲਿਖ ਕੇ ਮੈਂ ਵੀ ਦਿਹਾੜੀਆਂ ਹੀ ਕਰਨੀਆਂ ਸੀ ਤਾਂ ਇੰਨੀ ਪੜ੍ਹਾਈ ਕਰਨ ਦਾ ਫਾਇਦਾ ਕੀ ਹੋਇਆ? ਤੂੰ ਮੈਨੂੰ ਪੜ੍ਹਾਉਣ ਲਈ ਦਿਹਾੜੀਆਂ ਕੀਤੀਆਂ, ਕਰਜ਼ਾ ਚੱਕਿਆ, ਤੇ ਉਸੇ ਕਰਜ਼ੇ ਨੂੰ ਲਾਉਣ ਲਈ ਮੈਂ ਵੀ ਦਿਹਾੜੀਆਂ ਕਰਾਂ? ਲੋਕਾਂ ਦੇ ਗਲ ਵੱਢਣ ਨਾਲੋਂ ਨਾ ਸੌ ਗੁਣਾ ਚੰਗੀਆਂ ਨੇ ਪੁੱਤ ਦਿਹਾੜੀਆਂ ਕਰਨੀਆਂ। ਜਿਹੜਾ ਜੁਰਮ ਦਾ ਰਸਤਾ ਤੂੰ ਚੁਣ ਲਿਆ ਨਾ, ਉਹਦਾ ਅੰਤ ਸਿਰਫ ਜੇਲ੍ਹ ਜਾਂ ਫਿਰ ਮੌਤ ਹੈ, ਜਾਂ ਫਿਰ ਮੌਤ ਹੈ। ਤੇ ਹੁਣ ਵੀ ਕਿਹੜਾ ਜਾਉਂਦਾ ਹੈ ਮਾਂ? ਮੈਂ ਤਾਂ ਉਸੇ ਦਿਨ ਹੀ ਮਰ ਗਿਆ ਸੀ ਜਿਸ ਦਿਨ ਮੇਰਾ ਬਾਪੂ ਬਿਨਾਂ ਦਵਾਈ ਬਿਨਾਂ ਇਲਾਜ ਤੋਂ ਇਸ ਦੁਨੀਆਂ ਨੂੰ ਛੱਡ ਕੇ ਚਲਿਆ ਗਿਆ। ਤੇ ਉਸ ਦਿਹਾੜੀਆਂ ਨਾਲ ਤਾਂ ਸਿਰਫ ਆਟਾ ਹੀ ਆਉਂਦਾ ਸੀ ਦੋ ਡੰਗਾਂ ਦਾ, ਤੇ ਬਾਪੂ ਦਾ ਇਲਾਜ ਕਿੱਥੋਂ ਹੁੰਦਾ? ਤੇ ਮਾਂ ਆ ਹੁਣ ਜਿਹੜਾ ਤੇਰਾ ਵਧੀਆ ਇਲਾਜ ਹੋ ਰਿਹਾ ਨਾ, ਇਹ ਬਾਈ ਜੀ ਕਰਕੇ ਹੋ ਰਿਹਾ। ਇਹੀ ਗੱਲ ਦਾ ਪੁੱਤ ਤੂੰ ਸਮਝ ਨਹੀਂ ਰਿਹਾ? ਗਰਜੇ ਵਰਗੇ ਬੰਦੇ ਨਾ ਕਿਸੇ ਦੇ ਸਕੇ ਨਹੀਂ, ਤੂੰ ਥੜਕੇ ਘਰੋਂ ਚਲੇ ਜਾਣਾ, ਆਖਣੇ ਆਏਗਾ ਕਿ ਨਹੀਂ? ਇਹੀ ਸੋਚ ਸੋਚ ਮੇਰਾ ਦਿਲ ਘਬਰਾਉਂਦਾ। ਦੇਖ ਪੁੱਤ, ਆਪਾਂ ਮਾਂ ਪੁੱਤ ਨਾ ਰੁੱਖੀ ਮਿੱਸੇ ਖਾ ਕੇ ਟਾਈਮ ਪਾਸ ਕਰ ਲਵਾਂਗੇ। ਤੂੰ ਛੱਡ ਦੇ ਇਹ ਕੰਮ ਪੁੱਤ, ਤੂੰ ਛੱਡ ਦੇ ਇਹ ਕੰਮ। ਮਾਂ ਤੂੰ ਸਮਝਦੀ ਕਿਉਂ ਨਹੀਂ, ਮੈਂ ਜਿਹੜੇ ਰਾਹਾਂ ਤੇ ਤੁਰ ਪਿਆ ਨਾ ਮਾਂ, ਉੱਥੋਂ ਵਾਪਸ ਮੁੜਨਾ ਬਹੁਤ ਔਖਾ ਹੈ। ਦੇਖ ਪੁੱਤ, ਜੇ ਤੈਨੂੰ ਕੁਛ ਹੋ ਗਿਆ ਨਾ ਮੇਰਾ ਕੀ ਬਣੂਗਾ, ਮੈਂ ਕਿਹਦੇ ਸਹਾਰੇ ਜੀਵਾਂਗੀ? ਤੂੰ ਇਹ ਤਾਂ ਸੋਚ, ਜੇ ਤੂੰ ਨਹੀਂ ਛੱਡਣੇ ਨਾ ਇਹ ਕੰਮ, ਤੂੰ ਇਹ ਕਰ, ਮੈਨੂੰ ਮਾਰ ਦੇ ਪਹਿਲਾਂ, ਮੈਨੂੰ ਮਾਰ ਦੇ, ਪੂਰਾ ਜੋ ਦਿਲ ਕਰੂਗਾ ਨਾ ਤੂੰ ਉਹ ਕਰੀ, ਤੈਨੂੰ ਰੋਕਣ ਵਾਲਾ ਨੀ ਕੋਈ ਵੀ ਹੋਣਾ। ਮਾਂ ਦੀਆਂ ਕਹੀਆਂ ਗੱਲਾਂ ਨੇ ਸਾਹਿਬ ਨੂੰ ਝੰਜੋੜ ਕੇ ਰੱਖਤਾ। ਉਸ ਤੋਂ ਬਾਅਦ ਸਾਹਿਬ ਨੇ ਗਰਜੇ ਦਾ ਕੰਮ ਛੱਡਣ ਦਾ ਫੈਸਲਾ ਕਰ ਲਿਆ, ਪਰ ਸਾਹਿਬ ਨੂੰ ਕੀ ਪਤਾ ਸੀ ਗਰਜਾ ਉਹਦੇ ਨਾਲ ਗਰਜਾ ਉਹਦੇ ਨਾਲ ਗਰਜਾ